ਇਹ ਪੜ੍ਹਿਆ ਲਿਖਿਆ ਇਨਸਾਨ ਸੀ ਸਾਡੇ ਬਿਜਲੀ ਘਰਾਂ ਦੇ ਵਿੱਚ ਸਕਚੈਨ ਦੇ ਵਿੱਚ ਬਲਕੌਰ ਖੁਦ ਚਲਾਨ ਕਰਾ ਕੇ ਗਿਆ ਕਦੇ ਵਿਧਾਨ ਸਭਾ ਦੇ ਵਿੱਚ ਬੋਲਿਆ ਨਹੀਂ ਸੀਗਾ ਜਿਵੇਂ ਮੰਨ ਕੇ ਚੱਲ ਅਕਾਲੀ ਦਲ ਦਾ ਬੁੱਤ ਸੀ ਨਾ ਉਹ ਚੀਜ਼ ਸੀਗੀ ਸਾਡਾ ਕਦੇ ਦੁੱਖ ਸੁੱਖ ਦੀ ਕਾਲੇ ਅਮਲ ਦੀ ਆਵਾਜ਼ ਨਹੀਂ ਉਠਾਈ ਇਹ ਬੰਦਾ ਹਾਰ ਕੇ ਵੀ ਜਿੱਦੇ ਇਹ ਪਾਰਟੀ 'ਚੋਂ ਹਾਰ ਗਿਆ ਸੀ ਉੱਦਾਂ ਹੀ ਦੂਜੇ ਦਿਨ ਇਹਨੇ ਬੱਪਾਂ ਤੋਂ ਆਪਦਾ ਕਾਰੋਬਾਰ ਸ਼ੁਰੂ ਕਰ ਲਿਆ ਸੀ 500 ਦਿਨ ਇਹ ਜਿੰਨੇ ਦਿਨ 5 ਸਾਲ 2-2 3-3 4-4 ਹਰੇਕ ਬੰਦਾ 10-10 ਗੇੜੇ ਲਾਏ ਇਸ ਬੰਦੇ ਨੇ ਆ ਕੇ ਪਿੰਡ 'ਚ ਇਹ ਬਹੁਤ ਗਊ ਹੱਤਾ ਕਰੀ ਬੀਜੇਪੀ ਕਹਿੰਦੀ ਅਸੀਂ ਵੱਡੀ ਸੰਵਿਧਾਨੀ ਪਾਰਟੀਆਂ ਆਏ ਬਾਹ 2 ਦਿਨ ਪਹਿਲਾਂ ਉਹਨੂੰ ਸੱਦ ਕੇ ਟਿਕਟ ਦੇ ਕੇ ਇਹ ਬੰਦੇ ਨਾਲ ਬਹੁਤ ਧੱਕਾ ਹੋਇਆ ਇੱਕ ਗਰੀਬ ਅਸੀਂ ਟਰੈਕਟਰ ਖਰਚਾ ਆਏ ਸੀ ਨਾਲ ਉਹਦੇ ਬੈਨਾਂ ਦਾ ਜਿਹਦੇ ਮਨੋਹਰ ਲਾਲ ਖੱਟਰ ਦਾ ਇਕੱਠ ਸੀਗਾ ਉਹਦੇ ਆਪਦੇ ਪੁੱਤੇ ਅੱਜ ਵੀ ਅਸੀਂ ਆਪਦੇ ਪੁੱਤੇ ਆਏ ਕੋਈ ਕਿਸੇ ਦਾ ਸਾਨੂੰ ਲਾਲਚ ਨਹੀਂ ਇਸ ਬੰਦੇ ਨਾਲ ਆਇਆ ਸੀ ਹਾਂ ਮੈਂ ਗੁਰਲਾਬ ਸਿੰਘ ਐਕਸ ਸਰਪੰਚ ਝੋੜਰੋਈ ਤੋਂ ਬੋਲਦਾ ਅਸੀਂ ਮੇਰੇ ਡੈਡੀ ਨੇ 3 ਇਲੈਕਸ਼ਨ ਲੜੇ ਹੈ ਤਿੰਨੇ ਹੀ ਮੇਰਾ ਡੈਡੀ ਇਲੈਕਸ਼ਨ ਜਿੱਤੇ ਹੈ ਮੈਂ 2 ਇਲੈਕਸ਼ਨ ਲੜੇ ਹੈ 2 ਇਲੈਕਸ਼ਨਾਂ ਦੇ ਵਿੱਚੋਂ ਮੈਂ ਇੱਕ ਹਾਰ ਗਿਆ ਲਗਾਤਾਰ 3 ਵਾਰ ਅਸੀਂ ਜਿੱਤੇ ਅਤੇ 4th ਇਲੈਕਸ਼ਨ ਅਸੀਂ ਹਾਰ ਗਏ 5th ਇਲੈਕਸ਼ਨ ਫਿਰ ਜਿੱਤੇ ਮੈਂ ਦਾਅਵੇ ਨਾਲ ਕਹਿ ਸਕਦਾ ਪਿੰਡ ਝੋਰੂ ਰੋਈ ਤੋਂ ਮੈਂ ਰਾਜਨੀਤੀ ਛੱਡ ਦੂੰਗਾ ਜੇ ਝੋਰੂ ਰੋਈ ਦੇ ਵਿੱਚ 2000 ਵੋਟ ਪੈਂਦੀ ਹੈ ਤਾਂ 1700-1800 ਦਿਸੂ ਜੋਧੇ ਨੂੰ ਜੇ ਨਾ ਪਈ ਤਾਂ ਦਿਸੂ ਜੋਧੇ ਵਾਸਤੇ ਜਿਹੜੇ ਬੰਦੇ ਜੋ ਸਰਪੰਚ ਬਣ ਜਾਂਦਾ ਉਹਦਾ ਕਈ ਵਾਰ ਨਰੇਗਾ ਵਾਲਿਆਂ ਨਾਲ ਰੋਸ ਪੈ ਜਾਂਦਾ ਹੈ ਜਾਂ ਕਿਸੇ ਨਾਲ ਵੀ ਪੈ ਜਾਂਦਾ ਹੈ ਜਾਂ ਕੋਈ ਮੇਰਾ ਦੁਸ਼ਮਣ ਵੀ ਹੈ ਮੈਂ ਦਿਸੂ ਜੋਧਾ ਵਾਸਤੇ ਜਾ ਕੇ ਆਪਦੇ ਸਾਰੇ ਪਰਿਵਾਰ ਨੂੰ ਜਾ ਕੇ ਇੱਕ ਇੱਕ ਬੱਚੇ ਦਾ ਪਹਿਲੀ ਹੱਥ ਲਾ ਦੂੰਗਾ ਵੀ ਦਿਸੂ ਜੋਧਾ ਨਹੀਂ ਕਰਨਾ ਚਾਹੀਦਾ ਬਾਈ ਜੀ ਜੋ ਇਹ ਧੱਕਾ ਹੋਇਆ ਇਕੱਲੇ ਜੋਧਾ ਸਾਹਿਬ ਨਾਲ ਨਹੀਂ ਹੋਇਆ ਸਾਰਿਆਂ ਨਾਲ ਹੋਇਆ ਜੀ ਅੱਜ ਤੋਂ ਅਸੀਂ ਨਿਰਣਾ ਲਿਆ ਜੀ ਅਸੀਂ ਸਾਰੇ ਦਿਸੂ ਜੋਧਾ ਹੀ ਹਾਂ ਜਿਵੇਂ ਕਹਿਣਗੇ ਉਵੇਂ ਹੋਊਗਾ ਮਹਾਰਾਜ ਜੀ ਏਰੀਏ ਕਮਾਲ ਜਿੱਥੇ ਬਲਕੌਰ ਸਿੰਘ ਨੇ ਮੈਂ 5 ਸਾਲ ਹੋ ਗਿਆ ਦਰਸ਼ਨ ਹੀ ਕੌਣ ਕਰਿਆ 18 ਗਾਂਵ ਹੈ ਇਲੀ ਸਾਈਡ ਮਨਾਲੀ ਉੱਪਰ ਨੇ ਪਰਨਾ ਅੱਜ ਤਾਈਂ ਬਲਕੌਰ ਸਿੰਘ ਦਾ ਦਰਸ਼ਨ ਕੌਣ ਕਰਿਆ ਆਜ ਫਿਰ ਬੀਜੇਪੀ ਵਾਲਾ ਬਲਕੌਰ ਸਿੰਘ ਨੇ ਟਿਕਟ ਦਿੱਤੀ ਮੈਂ ਤਾਂ ਦੇਸੂ ਜੋਧਾ ਖਾਤਰੀ ਆ ਰਹੇ ਫਿਰਨ ਲੱਗ ਰਿਹਾ ਦੇਸੂ ਜੋਧਾ ਨਹੀਂ ਜਿਤਾਉਣ ਖਾਤਰ ਇਲੀ ਸਾਈਡ ਮੈਂ ਆ 3 ਸਾਲਾਂ ਮੈਂ ਬਹੁਤ ਜ਼ਿਆਦਾ ਕੰਮ ਕਰਵਾਇਆ ਦੁੱਖ ਸੁੱਖ ਦਾ ਸੱਚਾ ਸਾਥੀ ਭਾਈ ਰਜਿੰਦਰ ਦੇਸੂ ਜੋਧਾ ਹੈ ਜਿਹੜੇ ਹਾਰੇ ਬੰਦੇ ਨੇ 450 ਕਰੋੜ ਰੁਪਇਆ ਹਲਕਾ ਕਾਲਾਂਵਾਲੀ ਦੇ ਵਿੱਚ ਲਾ ਕੇ 20 ਸਾਲਾਂ ਦਾ ਰਿਕਾਰਡ ਤੋੜਤਾ ਐਦੂ ਵੱਡਾ ਕੰਮ ਕੀ ਕਰ ਸਕਦਾ ਅਸੀਂ ਸਾਰੇ ਭਾਈ ਰਜਿੰਦਰ ਦੇਸੂ ਜੋਧਾ ਦੇ ਨਾਲ ਹੈ ਭਲਾ ਜੀ ਅਸੀਂ ਘਰੋਂ ਖਰਚਾ ਕਰੀਏ ਕਿਵੇਂ ਕਰੀਏ ਨੰਗੇ ਪੈਰੀ ਜਾਈਏ ਅਸੀਂ ਇੱਕ ਇੱਕ ਬੰਦਾ ਰਜਿੰਦਰ ਦੇਸੂ ਜੋਧਾ ਬਣ ਕੇ ਘਰ ਘਰ ਜਾਵਾਂਗੇ ਮਿੰਟਾਂ ਕਰਕੇ ਵੋਟ ਲਵਾਂਗੇ ਭਾਈ ਨੂੰ ਵਿਧਾਨ ਸਭਾ ਦੇ ਵਿੱਚ ਪਹੁੰਚਾਵਾਂਗੇ ਜੈ ਸਾਡਾ ਪਿੰਡ ਹੈ ਜੀ ਖਤਰਾਵਾਂ ਸਾਡਾ ਪਿੰਡ ਬਲਕੌਰ ਸਿੰਘ ਨੇ ਗੋਦ ਲਿਆ ਸੀਗਾ ਜੀ ਉਸ ਬੰਦੇ ਨੇ ਨਾ ਤਾਂ ਸਾਡੇ ਪਿੰਡ 'ਚ ਕਦੇ ਗੇੜਾ ਮਾਰਿਆ ਨਾ ਕੋਈ ਸਫਾਈ ਕਰਾਈ ਕੁਛ ਨਹੀਂ ਕਰਾਈ ਕਿਰਾਂ ਵੋਟਾਂ ਲੈ ਗਿਆ ਮੁੜਕੇ ਨੇ ਕੁਛ ਨਹੀਂ ਕਰਿਆ ਗੋਦ ਲਿਆ ਸੀਗਾ ਪਿੰਡ ਉਹਨੇ ਕੋਈ ਕੁਛ ਨਹੀਂ ਕੰਮ ਕਰਿਆ ਜੀ ਅਸੀਂ ਰਜਿੰਦਰ ਸਿੰਘ ਦੇਸੂ ਜੋਧੇ ਨਾਲ ਹੈ ਡਟ ਕੇ ਇਹਦੇ ਨਾਲ ਖੜੇ ਹਾਂ ਵੋਟਾਂ ਦਾ ਪੂਰਾ ਸਾਥ ਦੇਵਾਂਗੇ ਜੀ ਧੰਨਵਾਦ ਜੀ ਬਾਈ ਇਹ ਜੋ ਬੀਜੇਪੀ ਪਾਰਟੀ ਹੈ ਇਹ ਸ਼ੁਰੂ ਸੇ ਹੀ ਧੋਖੇਬਾਜ਼ ਪਾਰਟੀ ਹੈ 2014 के इलेक्शन के बाद ही सारी जनता को इसके बारे में पता था इसने किसी साधु संत महात्मा को किसी को नहीं छोड़ा जो इसका शुरू से लेके इसके बीजेपी पार्टी के हितैषी से सबके साथ इसने धोखा किया है और अब हमारे भाई रजिंदर सिंह देसू जोधा के साथ भी बहुत बड़ा धोखा किया है पर हम वादा करते हैं कि हम रजिंदर सिंह देसू जोधा के साथ हैं जी धन्यवाद बीजेपी पार्टी ने जो धोखा भाई रजिंदर सिंह देसू जोधा के साथ किया है सारे समर्थक उसका जवाब 21 तारीख को देंगे 21 तारीख को उसका जवाब मिल जाएगा बीजेपी पार्टी को भी टिकट कैसे कटा जाता है साडा नगर है जी पक्का शहीदा जो भी आ मीटिंग वर्कर जी अज की हुई है इस तो पहला भी हर एक दे मूँह ते ये आवाज़ सी भी देसू जोधे नाल धक्का हो रहा बलकौर नू जिहड़ी टिकट दित्ती गई है बिल्कुल गलत है ना ये भी कहिंदे सुने है भी बलकौर अज ना जिते ना कल बिल्कुल उहदी हार है ते देसू जोधे दी अगर जो फैसला परसों होगा जित है इसकी बिल्कुल मैं कृष्ण सिंह जी पाटिया गाँव कालांवाली मैं कालांवाली का बसिंदा हूँ बलकौर सिंह जी मेरे रिश्तेदार हैं मेरे रिश्ते में ससुर लगते हैं लेकिन हमारा परिवार कभी बलकौर सिंह को एक वोट का नुक्कड़ नहीं दिखाता हम रजिंदर सिंह देसू जोधा जो भी अपने फैसला लेंगे उस फैसले के साथ हैं वैसे मैं रजिंदर देसू जोधा को एक सुझाव देना चाहता हूं कि वो रजिंदर सिंह जी देसू जोधा अगर आजाद इलेक्शन लड़ें तो सबसे बेहतर रहेगा जी सब तो पहला मैं ये कर रहा जी बलकौर सिंह अमृतधारी बंदा है इन्हें सिख समाज नाल ही धोखा करया जिहड़ा बंदा अमृत छक के कदे JGP का झंडा लाउंदा शाम नू दूजे दिन कहिंदा मैं तां बादल क्या नाल है तीजे दिन चक के कदे BJP च रल गया कदे किहदे करता ओ मैं कहना भी
बलकौर सिंह जिन्हें साढ़े सिखा नाल धोखा करा अंबर छक के थां थां ते झूठ मारदा जिहड़ी पार्टी टिकट दे दे कदे उन्हें अज तक वर्कर मीटिंग नहीं मिलाई जिदे जे जे पी च मिलिया सी उदे ने उन्हें वर्कर मीटिंग मिलाई असी नैलो के बंदे हैं मेरे को नैलो का कार्ड हुण भी जेब दे विच हैगा असी बलकौर सिंह नूं पिछले जिहड़े वोटां पाईआं पर इहदी चंगी तरह मानजांगे चाहे सानूं इहदा घरों भी सानूं चार रुपये लग जाण। मैं सुखपाल सिंह पंचायत मैंबर भीमा पिंड तों हां। हाँ बलकौर सिंह ने साढ़े पिंड कदे कीड़ा नहीं मारिया है जिन्हें भी वर्कर है जां सुनीता दुग्गल नूं वोटां पवांगा सारियां देसू योधे ने पवांगा वोटां असी उहनूं कोई नहीं जाण देगा दुग्गल नूं कदों आ गई किवें कुछ है ना ही साढ़े पिंड च आई उह इक मैनूं मिलदी रही है रस्ते च ठीक है इन्होंने बहुत बड़ा साढ़े नाल धोखा किया है जिन्हां भी वोटां पाईआं रजिंदर देसू योधे ने दुग्गल नूं पवाईआं वोटां उही साडी अज काट कर गई तो ये असी भाई रजिंदर देसू योधे नाल हैं तो बलकौर सिंह नूं मानजांगे सानूं भला पल्लों पैसा लग जाए साडा किन्ना मर्जी लग जाए सानूं कोई परवाह नहीं दुग्गल वेले कहड़ा दुग्गल ने सानूं देते पैसे रजिंदर के मूँह नूं असी गड्डियां 20-20 दिन लई फिरदे रहेंगे खर्चा करिया रोज़ का 1500-2000 का तेल बाल के आ जाते सीगे ना दुग्गल ने साडा कोई आशीर्वाद नहीं करना जी कुछ भी नहीं उन्हें करा असी लोग इन्ने मगर लाए मैं एक दुकानदार हैगा मैं परचून दी का करदा गरीब बंदा गा मैं लोगों को 4-4 5-5 हज़ार रुपया लेना सीगा मैं दुग्गल वास्ते वही पैसे छड़ते लोगों को मैं कहा तुम भी वोट पाउनी है तो मेरे घर के नाल मचवाया असं कते गरीब बंदे हाँ यार मैं उन्होंने पैसे भी छड़ते लोगों भी दुग्गल में वोटा पाओ सिर्फ रजिंदर जानते ही रजिंदर बारे असं दुग्गल मगर लगे सी तो दुग्गल है भी हो गई तो साढ़ा साथ छड गई साढ़ा धन्यवाद भी नहीं करना रोड़ी हल्के अशोक तंबर वाली हो गई जो अशोक तंबर वाली हुई ना ए होगी वेद मेरी गल ध्यान ना सुन ला रजिंदर जो टिकट कढ़ूगा इतों बीजेपी की आजाद खड़ा कर गया अभी कुछ सा जो भी फैसला हो गया फैसला बलकौर बलकूर नहीं चलता है। इतने रजिंदर सिंह देसूजोधा के समर्थक जिन्होंने अपनी अपनी राय है वो बड़ी बेबाकी के साथ रखी। हमारे साथ आप लगातार बने रहिए, हमारे YouTube चैनल को सब्सक्राइब कर दीजिए और अगर ये वीडियो आप Facebook या Twitter पे देख रहे हैं तो हमारे पेज को फॉलो करना ना भूलें। बहुत बहुत शुक्रिया।